ਏ ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਲੋ ਵੱਲੋਂ ਇੱਕ ਲੈਟਰ ਜਾਰੀ ਹੋਇਆ ਸੀਗਾ ਇੱਕ ਕੁਲਪ੍ਰੀਤ ਸਿੰਘ ਨੀਟਾ ਤੇ ਇੱਕ ਮਨਪ੍ਰੀਤ ਸਿੰਘ ਦੋਸ਼ੀ ਨੇ ਕੈਦੀ ਹੈਗੇ ਨੇ ਉਹਨਾਂ ਕੋਲੇ ਉਹਨਾਂ ਕੋਲੋਂ ਕੋਈ ਮੋਬਾਈਲ ਬਰਾਮਦ ਹੋਇਆ ਉਹਦੇ ਸੰਬੰਧੀ ਲੈਟਰ ਇਸ਼ੂ ਹੋਇਆ ਸੀ ਇਸੇ ਮੁਕੱਦਮਾ ਦਰਜ ਕਰ ਲਿਆ ਤੇ ਅਗਲੀ ਤਫ਼ਤੀਸ਼ ਜਾਰੀ ਹੈ ਦੇ ਵਿੱਚ ਉਹ ਜੋ ਉਹਨਾਂ ਲਿਖੇ ਵਿੱਚ ਕੋਈ ਧਮਕੀ ਦਿੱਤੀ ਹੈ ਕੋਈ ਮੜਾ ਮੁੱਟਾ ਉਹਨਾਂ ਨੇ ਮਿਸਵਿਵ ਕੀਤਾ ਨੇ ਇਹ ਦੋਨਾਂ ਕੈਦੀਆਂ ਨੇ ਦੋਨਾਂ ਦਾ ਖਰਾਬ ਮਾਮਲਾ ਤਰਜੋ ਹੋ ਗਿਆ ਆ ਇਹਦਾ ਪ੍ਰੋਡਕਸ਼ਨ ਮੱਟ ਲੈ ਕੇ ਇੱਕ ਦੋ ਦਿਨ ਚ ਅਸੀਂ ਇਹਨਾਂ ਨੂੰ ਜੋ ਵੀ ਡੇਟ ਮਿਲਦੀ ਹੈ ਕੋਰਟ ਤੋਂ ਪ੍ਰੋਡਕਸ਼ਨ ਮੱਟ ਲੈ ਕੇ ਲਿਆਵਾਂਗੇ ਤੇ ਅਗਲੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਬਾਰੇ ਵੀ ਉਹਨਾਂ ਦੇ ਆਉਣ ਤੇ ਹੀ ਪਤਾ ਕੀਤਾ ਜਾਊ ਤੇ ਕਾਲ ਡਿਟੇਲ ਹਾਸਲ ਕਰਕੇ ਪਤਾ ਕੀਤਾ ਜਾਊ ਵੀ ਕਿਹੜੇ ਕਿਹੜੇ ਬੰਦਿਆਂ ਨਾਲ ਇਹ ਗੱਲਬਾਤ ਕਰਦੇ ਸੀ